बिस्मिल्लाहिर्रहमानिर्रहीम अस्सलामुअलैकुम मेरे तो सी अपना सरकिया चैनल दे मैं तो मेजबान निशान ਪ੍ਰਭਾਵਤ ਰੋਜ਼ਾਨਾ ਦੀ ਨਵੀਂ ਤੋਂ ਨਵੀਂ ਤੇ ਅੱਛੀ ਅੱਛੀ ਵੀਡੀਓ ਲੈ ਕੇ ਆਉਂਦਾ ਰਹੋ ਵੀਜ਼ਾ ਮੀਟ ਕਰਦਾ ਇਨਸ਼ਾਅੱਲਾ ਭਰਾਵਾਂ ਨੂੰ ਵੀਡੀਓ ਪਸੰਦ ਆਉਂਦੀ ਹੈ ਵੀਡੀਓ ਨੂੰ ਲਾਈਕ ਵੀ ਕਰਦੇ ਵੀਡੀਓ ਸ਼ੇਅਰ ਵੀ ਕਰਦੇ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਔਰ ਬੈਲ ਆਈਕਨ ਦਾ ਬਟਨ ਜਿਹੜਾ ਜ਼ਰੂਰ ਦਬਾ ਲੈਣਾ ਤਾਂ ਕਿ ਸਾਡੀ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਜਿਹੜੀ ਹੈ ਭਰਾਵਾਂ ਤੱਕ ਆਸਾਨੀ ਪਹੁੰਚ ਸਕੇ ਵੀਡੀਓ ਜਿਹੜੀ ਬਣਾਉਣ ਲੱਗੇ ਵੀਡੀਓ ਇਸ ਤਰ੍ਹਾਂ ਭਾਈ ਤਾਹਰ ਬੇਗ ਦੀ ਵੀਡੀਓ ਪਰ ਸਿਲਸਿਲਾਵਾਰ ਵੀਡੀਓ ਤੁਸੀਂ ਵੇਖਦੇ ਪਏ ਕਿ ਜੁਮੇਰਾਤ ਵਾਲੇ ਦਿਨ ਜਿਹੜਾ ਹੈ ਨਾ ਇਹਨਾਂ ਦੀ ਵੀਡੀਓ ਅਪਲੋਡ ਹੁੰਦੀ ਹੈ ਬਾਕੀ ਵੀਡੀਓ ਦਾ ਐਡਰੈਸ ਅੰਜੇ ਕੇ ਜ਼ਿਲ੍ਹਾ ਜਿਹੜਾ ਗੁਜਰਾਤ ਹੈ ਤਾਂ ਸੇਲਵੇ ਗੁਜਰਾਤ ਦੇ ਪਿੰਡ ਜਿਹੜਾ ਜੀ ਇਹਨਾਂ ਦਾ ਹਜ਼ਾਰਾ ਮੁਗਲਾਂ ਦਾ ਲੋਕੇਸ਼ਨ ਹਰ ਵੀਡੀਓ 'ਚ ਦੱਸੀ ਦੀ ਕਿਸੇ ਵੀ ਭਰਾ ਹੋਣਾ ਹੋਵੇ ਗੁਜਰਾਤ ਤੋਂ ਨਿਕਲ ਕੇ ਆ ਜਾਣਾ ਜਲਾਲਪੁਰ ਜੱਟਾ ਔਰ ਜਲਾਲਪੁਰ ਜੱਟਾ ਤੋਂ ਆ ਜਾਣਾ ਕੜੀਆਂ ਵਾਲੇ ਤੋਂ ਤਕਰੀਬਨ ਜਿਹੜਾ ਨਾ 5 ਕਿਲੋਮੀਟਰ ਤੋਂ ਬਾਅਦ ਇਹਨਾਂ ਦਾ ਪਿੰਡ ਆਉਂਦਾ ਇਹ ਇਹਨਾਂ ਦੀ ਲੋਕੇਸ਼ਨ ਹੈ ਬਾਕੀ ਜਿਹੜੀ ਗੱਲਬਾਤ ਹੈ ਡੰਗਰਾਂ ਦੀ ਉਹ ਸਾਰੀ ਇਨਸ਼ਾਅੱਲਾ ਭਾਈ ਤਾਹਰ ਨਾਲ ਕਰ ਲੈਣੇ ਪੁੱਛ ਲੈਣੇ ਕਿ ਕਿੰਨੇ ਨੇ ਡੰਗਰ ਜਿਹੜੇ ਅੱਜ ਉਹਨਾਂ ਵੀਡੀਓ 'ਚ ਲਾਣੇ ਨੇ ਡੰਗਰ ਵੇਖ ਲੈਣੇ ਨੇ ਅਗਲੀ ਗੱਲਬਾਤ ਜਿਹੜੀ ਇਹਨੂੰ ਜਿਹੜੇ ਜਿਹੜੇ ਭਰਾ ਨੂੰ ਪਸੰਦ ਆਵੇ ਨੰਬਰ ਸਕਰੀਨ ਤੇ ਲਾ ਜਾਣਾ ਰਾਬਤਾ ਕਰਕੇ ਆਪਣਾ ਸੌਦਾ ਜਿਹੜਾ ਜੀ ਪੈਨ ਕਰ ਲੈਣਾ 12 ਜੀ ਜੁਮੇਰਾਤ ਹੈ ਤਾਰੀਖ ਵੀ ਬਣਦੀ ਹੈ 11 ਮਹੀਨਾ ਪਹਿਲਾਂ ਤੇ 2024 ਬਾਕੀ ਅੱਲਾ ਪਾਕ ਰੱਖੇ ਖੈਰ ਤੇ ਬਿੱਲਾ ਤਕਰੀਰ ਜਿਹੜਾ ਨਾ ਵੀਡੀਓ ਕਰਨੇ ਆ ਜੀ ਸ਼ੁਰੂ ਅਸਲਾਮ ਅਲੈਕਮ ਜੀ ਵਾਲੇਕਮ ਸਲਾਮ ਭਾਜੀ ਕੀ ਹਾਲ ਹੈ ਠੀਕ ਠਾਕ ਹੋ ਅੱਲਾ ਪਾਕ ਦਾ ਸ਼ੁਕਰ ਹੈ ਭਾਈ ਤਾਹਰ ਤੁਸੀਂ ਸੁਣਾਓ ਕੀ ਹਾਲ ਹੈ ਸ਼ੁਕਰ ਹੈ ਅੱਲਾ ਦੀ ਜ਼ਾਤ ਦਾ ਅੱਲਾ ਕਰਮ ਵਾਲਾ ਸਿਹਤ ਵੀ ਠੀਕ ਹੈ ਸ਼ੁਕਰ ਹੈ ਉਹਦੀ ਜ਼ਾਤ ਦਾ ਲੋ ਜੀ ਕਿੰਨੇ ਨੇ ਡੰਗੇ ਜਿਹੜੇ ਲਾਣੇ ਨੇ ਚਾਰ ਇੱਕ ਸੈਕਿੰਡ ਹੈ ਨੇ ਠੀਕ ਹੈ ਤੇ ਇੱਕ ਜਿਹੜੀ ਸਟੂਡੈਂਟ ਠੀਕ ਹੈ ਤੇ ਬਾਕੀ ਆ ਦੋ ਜੀ ਠੀਕ ਹੋ ਗਿਆ ਜੀ ਇਹ ਸੂਈਆਂ ਨੇ ਸਾਰੀਆਂ ਜੀ ਸੂਈਆਂ ਉਹ ਗੱਬਣ ਤੇ ਕੋਈ ਨਹੀਂ ਹੈ ਗੱਬਣ ਕੋਈ ਜੀ ਠੀਕ ਹੋ ਗਿਆ ਲੋ ਜੀ ਭਾਈ ਤਾਹਰ ਇੱਕ ਵਾਰੀ ਸਲਾਮ ਦਾ ਕਰੋ ਜੀ ਆਪਣੇ ਚਾਹਣ ਵਾਲੇ ਜਿੰਨੇ ਸਾਡੇ ਭਰਾ ਚਾਹਤ ਨੇ ਸਾਡੀ ਚਾਹਤ ਕਰਦੇ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਜਿੰਨੇ ਸਾਡੇ ਭਰਾ ਬਰੂਨੇ ਮੁਲਕਾਂ ਅੰਦਰੂਨੇ ਮੁਲਕ ਜੀ ਉਹਨਾਂ ਨੂੰ ਸਲਾਮ ਪੇਸ਼ ਕਰਨਾ ਜੀ ਬਿਲਕੁਲ ਰੱਬ ਦੀ ਜ਼ਾਤ ਉਹਨਾਂ ਨੂੰ ਜਿੱਥੇ ਜਿੱਥੇ ਆਏ ਆਪਣੇ ਫਰਮਾਨ 'ਚ ਰੱਖੇ ਆਮੀਨ ਜੀ ਤੇ ਉਹਨਾਂ ਦੀਆਂ ਸਾਡੀਆਂ ਦੋਵਾਂ ਨਾਲ ਨੇ ਉਹਨਾਂ ਦਾ ਤਾਵਨ ਸਾਡੇ ਨਾਲ ਜੀ ਬਿਲਕੁਲ ਜੀ ਇੱਕ ਦੇਖੋ ਜੀ ਇਹ ਵਿਕਦਾ ਕੰਮ ਚੱਲਦਾ ਤਾਵਨ ਨਾਲ ਤਾਵਨ ਨਾਲ ਜੀ ਭਰਾਵਾਂ ਦੇ ਤਾਵਨ ਨਾਲ ਜੀ ਬਿਲਕੁਲ ਤੇ ਮਾਸ਼ਾਅੱਲਾ ਭਰਾਵਾਂ ਦਾ ਅੱਛਾ ਤਾਵਨ ਤੇ 6 ਮਿੰਟ ਹੁੰਦੇ ਨੇ ਠੀਕ ਹੈ ਤੇ ਅੱਲਾ ਦਾ ਸ਼ੁਕਰ ਹੈ ਸਾਨੂੰ ਰੱਬ ਦੀ ਜ਼ਾਤ ਰੋਜ਼ੀ ਰੋਟੀ ਦੇ ਰਹੀ ਹੈ ਇਹ ਇੱਜ਼ਤ ਵੀ ਦਿੰਦੇ ਵੀ ਹੈ ਕਰਮ ਮਾਲਕ ਦਾ ਔਰ ਰਿਜ਼ਕ ਵੀ ਅੱਲਾ ਤਾਲਾ ਦੀ ਜ਼ਾਤ ਦਿੰਦੀ ਪਈ ਹੈ ਲੋ ਜੀ ਕਰੀਏ ਵੀਡੀਓ ਸ਼ੁਰੂ ਅੱਜ ਸ਼ੁਰੂ ਕਰੋ ਨੰਬਰ 1 ਤੇ ਇਹ ਲਾਣੀ ਹੈ ਨਹੀਂ ਲਾ ਲਓ ਲੋ ਜੀ ਖੋਲੋ ਜੀ ਨੰਬਰ ਜਿਹੜੀ ਹੈ ਨਾ ਜੀ ਇੱਕ ਵਾਰੀ ਬਲਾਲ ਤੱਕ ਆਏ ਬਾਕੀ ਲੈਣੇ ਦੇਣੇ ਜਿਹੜਾ ਹੈ ਨਾ ਇਹ ਨਸੀਬ ਨੇ ਲੋ ਜੀ 5 ਕਲਿਆਣ ਜਿਹੜਾ ਹੈ ਨਾ ਭਾਈ ਤਾਹਰ ਭਾਜੀ ਝੋਟੀ ਟੱਲਾ ਦੇ ਹੁਕਮ ਨਾਲ ਪੂਰੀ ਵੇਖ ਲਓ ਕੱਚੀ ਦੀ ਝੋਟੀ ਹੈ ਜੀ ਪਹਿਲਣ ਕੱਟੀ ਜੇ ਇਹ ਪਹਿਲਣ ਹੈ ਜੀ ਪਹਿਲਣ ਮਾਸ਼ਾਅੱਲਾ ਜੀ ਪਹਿਲਣ ਝੋਟੀ ਤੇ ਫਿਰ ਬਰੀਕੀਆਂ ਜਿਹੜੀਆਂ ਨੇ ਨਾ ਜੀ ਝੋਟੀ ਦੀਆਂ ਚੈੱਕ ਕਰ ਲੈਣੀਆਂ ਨੇ 5 ਕਲਿਆਣ ਜਿਹੜਾ ਹੈ ਨਾ ਇਹ ਝੋਟੀ ਹੈ ਮੁੱਝ ਕੇ ਜੇ ਇਹ ਮੂੰਹ ਬਾਜ ਮੈਂ ਅੱਛੀ ਠੀਕ ਹੋ ਗਿਆ ਮੂੰਹ ਚ ਛੇਦ ਆ ਗਿਆ ਨਾ ਜੀ ਜੀ ਠੀਕ ਹੋ ਗਿਆ ਰਸਾ ਲੰਮਾ ਕਰੋ ਸੋ ਛੱਡ ਦਿਓ ਰਸਾ ਲੰਮਾ ਕਰਕੇ ਆਪਣੀ ਮਰਜ਼ੀ ਨਾਲ ਆਪਣੀ ਮਰਜ਼ੀ ਨਾਲ ਜਿਹੜਾ ਨਾ ਤੇ ਝੋਟੀ ਜਾਏ ਇੱਕ ਵਾਰੀ ਟੋਰ ਫੇਰ ਕੇ ਜਿਹੜਾ ਨਾ ਤੇ ਬਲਾਲ ਤੱਕ ਆਏ ਪਹਿਲੀ ਝੋਟੀ ਹੈ ਮੂੰਹ ਚ ਛਿੱਗੀ ਜਿਹੜਾ ਨਾ ਇਹ 5 ਕਲਿਆਣ ਝੋਟੀ ਹੈ ਭਾਈ ਤਾਹਰ ਇਹ ਕਿੰਨੇ ਦਿਨਾਂ ਦੀ ਸੂਈ ਹੈ ਭਾਜੀ ਇਹ ਝੋਟੀਆਂ ਸੂਈ ਦੇ ਤਕਰੀਬਨ ਕੋ 5-4 ਦਿਨਾਂ ਦੀ ਠੀਕ ਹੋ ਗਈ ਇਹ ਕੱਚੀ ਸੂਈ ਹੈ ਕੱਚੀ ਸੂਈ ਝੋਟੀ ਜੀ ਠੀਕ ਹੋ ਗਿਆ ਲੋ ਜੀ 4-5 ਦਿਨ ਦੀ ਜਿਹੜਾ ਹੈ ਨਾ ਇਹ ਝੋਟੀ ਜਨਾਬ ਸੂਈ ਹੈ ਬੱਚਾ ਕੇ ਜੇ ਮਗਰ ਇਹਦੇ ਬੱਚਾ ਭਾਜੀ ਦੀ ਮਰ ਕੱਟਾ ਹੈ ਠੀਕ ਹੈ ਤੇ ਕੱਟਾ ਮੇਰੇ ਹਾਲੇ ਕੋ ਆਖਰੀ ਸਾਹ ਪੈ ਗਿਆ ਤੇ ਬੱਚਾ ਨੇ ਤੇ ਜੀ ਠੀਕ ਹੋ ਗਿਆ ਆਈਆ ਗੱਡੀ ਅੱਡੇ ਤੇ ਲੱਗੀ ਹੈ ਕਿਉਂਕਿ ਮੌਸਮ ਦੀ ਵਜ੍ਹਾ ਤੋਂ ਜਿਹੜਾ ਹੈ ਨਾ ਮੌਸਮ ਵਿੱਚ ਸਰਦੀ ਹੈ ਨਾ ਸਰਦੀ ਉਹਨੂੰ ਧੋਣ ਥੋੜੀ ਜਿਹੀ ਆਕੜ ਕੇ ਆ ਕੇ ਸ਼ੱਕ बलाल बच्चा जरा ठीक हो गया जी इथे कोई अल्लाह दे हुक्म ना हुक्म नहीं कोई ठीक है कोई ओल शोल नहीं जेड़ा ना अल्लाह दे हुक्म ना किसी उम्र दा कोई रोला नहीं होला उत्ते सट के मैदान च जिथे दिल करे कुछ ठीक हो गया जी लड़ने लगी झोटी लो जी पता हर किन्ना कोई दूध इस टाइम झोटी को लिया है झोटी को दूध
11 किलो कुंज के जिस भरा दा दिल करे नाल तसल्ली कर 11 किलो जेड़ा 11 ठीक हो गया लो जी 4 तो 5 दिन दी सुई कोले 11 किलो जेड़ा है ना ए हाजर मौका जेड़ा दूध है ते बाकी सालता शराबता जेड़ियां ने ना ए छोटी पहलणियां तकासड़ियां ने के कोई ओ छोड़ ली लिबास खान जेड़ा है ना ए छोटी दा आ हुणी छोटी पसन जानी अल्लाह दे हुक्म ने एडा सोहना चवा ते एडा सोहना खान कोई टीम रोड़ी कोई किसी उम्र दा कोई छटा फहार ठीक हो गया जी असी चवाई दी अल्लाह दे हुक्म ने पूरी चंगी लगी ना भाजी 3 लाख 35,000 ਜਿਸ ਭਰਾ ਨੂੰ ਪਸੰਦ ਆਵੇ ਲੋ ਜੀ 3,35,000 ਰੁਪਏ ਦੇ ਨੰਬਰ ਇੱਕ ਝੋਟੀ ਜਿਹੜਾ ਹੈ ਨਾ ਇਹ ਦੇ ਸਕਣ ਨੇ ਲਿਆਓ ਜੀ ਅੱਗੇ ਨੰਬਰ ਖੋਲੋ ਜੀ 2 ਤੇ ਬੱਲੇ ਜਿਹੜਾ ਹੈ ਨਾ ਭਾਜੀ ਮੱਝ ਅੱਲਾ ਦੇ ਹੁਕਮ ਨਾਲ ਸਕਰੀਨ ਦੇ ਸਾਹਮਣੇ ਆ ਗਈ ਜੀ ਬਿਲਕੁਲ ਤੇ ਗੱਲ ਵੀ ਇਹ ਮੱਝ ਜਿਹੜੀ ਹੈ ਨਾ ਜੀ मेहरबानी झोटी जी दूजन झोटी दूजन नलका गिरदा अनमोल झोटी लेकिन पूरा कराना है बड़ा मुश्किल काम है पूरा इस मौसम चादर कोटिया स्वेटर सिर्फ थोड़ा जहा गड्डी अगली साइड तो हवा माड़ी जी लगनी ठंडे जी ठीक हो गया कदे याद करे दा के माज माशाल्लाह फिर उस संजेड़ा ना बल्ली जेड़ा तक लो किसे पलियो अख तू लेके कन वेख लो माज दे धुन्नी कोली छोटी छोटी सी मैं ना किसे पलियो माज अल्लाह दे हुक्म नाल उंगला वेरी गुड जी लो जी बिस्मिल्लाह पढ़ो किसे भरा नु पसंद आवे ना जनाब ने किन्ने दी छोटी दे सड़नी है भाजी छोटी जनाब मेरी साडी नवे साल दी पहली वीडियो है जी ठीक है असा जेड़ा ना जिंज लइयां देनियां उंजी ने वेरी गुड जनाब ते कोई आटा के लम्मा चौड़ा काम नहीं करना जिस भरा ने झोटी चंगी लगी ना जी 3,80,000 रुपए झोटी तेरे तो जिस भरा नो पसंद आवे 83 दी जेड़ा है ना अल्लाह दे हुक्म नाल कदे मगर कट्टी भी है जी बिल्कुल मजे दा बच्चा पैसे एक दे ने ते मजा दो ने दो झोटियां ने जाए जिस भरा दा दिल को टेलीफोन ते आके ना माई तोड़ छोड़ो ठीक है ते अखा नु उड़ के लै जे साडी जे थोड़ा बहुता कोई यकीन किसे नु होया जी बिल्कुल ते कदी याद करे ते तोहफा जिस भरा नो पसंद आवे ना 3,80,000 रुपए दी जेड़ा है ना मेरी तकरीबन
मराक बैठी है बाकी मज का जी ठीक हो गया फिर मुंह तक लो माई का थान देखो कितने लगे है जी ठीक है असा जनाब मेरी जिन्ने भी लई है साडा जिन्ना भी नुकसान है जी बिल्कुल असा हुण देनी है हाल दी घड़ी जिन्ने दी मज आए ना वक्त वेख के माई नु तक के सारा काम करके सी उस हिसाब ना माई देनी जी ठीक हो गया जनाब दूध 8 किलो इस टाइम है ना इंशाल्लाह ताला 8 किलो दूध दे ते जे ਇਹਨੂੰ ਪਹਾੜੇ ਤੇ ਇੰਜ ਨਾ ਇੱਕ ਕੇ ਮੱਝ ਮਿਲੇ ਦੀ ਫਿਰ ਚੁਆ ਇੰਜ ਦਾ ਹੋਵੇ ਦਾ ਠੀਕ ਹੈ ਮੱਝ ਹੁਣ ਦੇਖੋ ਅੱਜ ਤੱਕ 5-4 जनाब जेर दी बच्चे दी सून दी साडे फोन दे विच रिकॉर्ड है अण के दिहाड़ा ਜਿਹੜਾ ਤਰੀਖ ਹੈ ਜੀ ਜੇ ਗਲਤ ਹੋਈ ਦੱਸੀ ਜਨਾਬ ਮੁਜਰਮ ਵੈਰੀ ਗੁੱਡ ਜਿੱਥੋਂ ਵੀ ਘਬਰਾ ਜੀ ਠੀਕ ਹੋ ਗਿਆ ਲੋ ਜੀ ਭਾਈ ਤਾਹਰ ਇਹ ਕਿਸੇ ਭਰਾ ਨੂੰ ਪਸੰਦ ਆਵੇ ਕਿੰਨੇ ਦੀ ਮਾਈ ਦੇ ਸਕਣੀ ਅੱਜ ਮਾਈ ਦੇ ਰਹੇ ਨੇ 2,20,000 ਜ਼ਿੰਦਾਬਾਦ ਜੀ ਜਿਸ ਭਰਾ ਨੂੰ ਪਸੰਦ ਆਵੇ 2,20,000 2,20,000 ਰੁਪਏ ਮਾਈਦਾਰੀ ਦੀ ਗੱਲ ਬੜੀ ਤਕੜੀ ਮੱਝ ਹੈ ਫਾਰਮ ਹੈ पिछली जोड़ी का दूध 6 लीटर ठीक ठाक लहरा कल परसों आई जे ठीक है भुखा नहीं मारी जे किसी भरा ने सामी काम ठीक कर दे जी ठीक हो गया किन्ना दूध दस इस टाइम सामने बहा सामने जी ठीक हो गया जी लो जी भाई हरे किसी भरा चंगी लगी ना मज 2,50,000 पूरे 2,50,000 मारी जो चढ़े दबी आंदी जी ठीक है खान पीन दी चंगी है खान पीन दी चंगी दा सील साओ भावे जनाब कटी दो नंबर जी दो नंबर बल्ली झोटी ठीक हो गया जनाब कटी माशाल्लाह इंज जनाब काली काली कोशिश करा मे करे बच जाए लो जी जनाब इस वीडियो दे नाल जो ज्यादा ते जेड़ी जेड़ी पसंद आवे भाई ताहर नाल राबता कर लेने ते इंशाल्लाह नेक्स्ट वीडियो दे नाल जेड़ा है ना आपा आ जोड़ी को ले गया ना ए जोड़ी बलियां दी अल्लाह दे हुक्म ने मार गईयां मैं किसे पूछे दा कि तू मजा आईयां ना मजा दे बच्चे ने दो इंशाल्लाह पसंद आवण गी ए बली तक हुण किड्डा सोहना सिर मुंह ते ऐ जे टाइम दे टाइम आ जी अगले वीडियो हाजिर होवांगे नारा मारना जी पाकिस्तान जिंदाबाद पाकफोर्ट जिंदाबाद।